ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਮੇਰੀ ਸੱਸ ਵੀ ਬਾਲ ਤਾਂ ਅੰਦਰ ਹੀ ਰਹੀ। ਅੱਜ ਕੈਨੇਡਾ ਸੋਰੀ ਟੋਰਾਂਟੋ, ਅੱਜ ਬ੍ਰੈਂਪਟਨ ਆਪਣੇ ਪਹਿਲੇ ਦਿਨ, ਥੋੜੀ ਥੋੜੀ ਸਨੋ ਪਈ ਹੈ ਜੀ, ਫਲਰੀ ਜੀ। ਸੋ ਅੰਗਦ ਅੱਜ ਦੇਖ ਕੇ ਨਾ ਐਕਸਾਈਟਡ ਸੀ ਸਵੇਰੇ। ਤੇ ਸਾਰੇ ਕਿਤੇ ਜੀ ਬਾਕਸਿੰਗ ਡੇ ਦੀਆਂ ਸੇਲਸ ਲੱਗੀਆਂ ਹੋਈਆਂ ਨੇ, ਸਾਨੂੰ ਕੁਝ ਚਾਹੀਦਾ ਨਹੀਂ ਸੀ, ਅਸੀਂ ਲੰਘੇ ਜਾਂਦੇ ਸੀਗੇ। ਕਾਫੀ ਲੋਕ ਬ੍ਰੈਂਪਲੀ ਸਿਟੀ ਸੈਂਟਰ, ਪਹਿਲਾਂ ਅਸੀਂ ਸੋਚਦੇ ਸੀ ਵੀ TPO ਜਾਈਏ, ਟੋਰਾਂਟੋ ਪ੍ਰੀਮੀਅਮ ਆਊਟਲੈਟਸ, ਜਾਂ ਫਿਰ ਪਰ ਲੋਕੀ ਮੋਸਟਲੀ ਕਹਿ ਰਹੇ ਨੇ ਵੀ ਜਿਹੜੀਆਂ ਨਾਇਗਰਾ ਆਊਟਲੈਟਸ ਨੇ ਉੱਥੇ ਵੱਧ ਵਧੀਆ ਸਮਾਨ ਆ ਤੇ ਭੀੜ ਘੱਟ ਆ। ਹੁਣ ਟੋਰਾਂਟੋ ਪ੍ਰੀਮੀਅਮ ਆਊਟਲੈਟ ਵੀ ਪਾਰਕਿੰਗ ਬਹੁਤ ਔਖੀ ਮਿਲਦੀ ਆ। ਹਾਂ, ਪਰ ਹੈ ਨਾ, ਮੈਨੂੰ ਲੱਗਦਾ ਵੀ ਸੇਮ ਹੀ ਬ੍ਰਾਂਡ ਹੈ, ਜਿਵੇਂ ਇੱਥੇ ਸਟੋਰ ਆ, ਸਕੁਐਰ ਵਨ ਸਟੋਰ ਆ। ਚਲੋ ਜੀ, ਸੋ ਸੇਮ ਹੀ ਡੀਲਸ ਹੋਣਗੀਆਂ ਬਲੈਕ ਫਰਾਈਡੇ ਵਾਲੇ ਪੂਰਾ ਵੀਕ। ਸਮਰਾਈਜ਼ ਕਰਤਾ ਮੇਰੀ ਵਾਈਫ ਨੇ। ਸੋ ਮੈਂ ਬਸ ਮੇਨ ਪਰਪਸ ਮੇਰਾ ਇਹ ਸੀਗਾ ਵੀ ਆਪਾਂ ਤਾਂ ਵੀਡੀਓ ਬਣਾਈਏ। ਚਲੋ ਆਪਾਂ ਤਾਂ ਸ਼ੋਪਿੰਗ, ਜਿਹੜੀ ਚੀਜ਼ ਦੀ ਲੋੜ ਪੈਂਦੀ ਆ ਉਹ ਤਾਂ ਉਹਦੇ ਟਾਈਮ ਲੈਣੀ ਪੈਂਦੀ ਉਹ ਆ, ਵੀ ਜੇ ਕਿਸੇ ਨੇ ਹੁਣ ਸ਼ੋਪਿੰਗ ਕਰਨੀ ਆ, ਸੋ ਅਸੀਂ ਵਧੀਆ ਵਧੀਆ ਡੀਲਸ ਤੁਹਾਨੂੰ ਦੱਸ ਸਕੀਏ, ਸੋ ਤੁਸੀਂ ਆ ਕੇ ਸ਼ੋਪਿੰਗ ਕਰ ਸਕੋ। ਤੇ ਦੇਖੋ ਸਾਡੀ ਮੈਚਿੰਗ ਕੀਤੀ ਹੋਈ ਆ, ਹੁਣ ਅਸੀਂ ਅੱਜ ਕੱਲ ਮੈਚਿੰਗ ਕਰਦੇ ਆ, ਹੋ ਜਾਂਦੀ ਆ। ਪਹਿਲਾਂ ਹੋ ਜਾਂਦੀ ਸੀ, ਹੁੰਦੀ ਵੀ ਸਾਡੀ ਬਹੁਤ ਵਾਰ ਆਪਦੇ ਆਪ ਆਟੋਮੈਟਿਕ, ਤੇ ਅਸੀਂ ਹੁਣ ਕਰਨ ਵੀ ਲੱਗ ਗਏ। ਧੱਕੇ ਨਾਲ ਪਵਾਈ ਗਈ ਮੇਰਾ, ਧੱਕੇ ਨਾਲ ਮੈਂ ਕੁਝ ਹੋਰ ਪਾਉਣਾ ਚਾਹੁੰਦਾ ਸੀ, ਹਰੀ ਜੀ ਸ਼ਰਟ, ਕਹਿੰਦੀ ਨਹੀਂ ਜੀ ਆਹੀ ਪਾਓ। ਮੈਂ ਕਿਹਾ ਠੀਕ ਆ ਭਾਈ, ਹੁਣ ਕੀ ਕਹੀਏ। ਤੁਹਾਨੂੰ ਧੱਕੇ ਨਾਲ ਪਵਾਈ ਗਈ ਹੈ ਜੀ? ਨਹੀਂ ਨਹੀਂ, ਆਪਣੀ ਫਰੈਂਡਸ਼ਿਪ ਪਤਾ ਕਿੰਨੀ ਪੱਕੀ ਆ, ਮੈਂ ਚਾਹੁੰਦੀ ਆ ਲੋਕ ਦੇਖ ਕੇ ਜਲ ਜਾਣ ਜਲ ਜਾਣ ਜਲ ਜਾਣ ਤੇ ਨਾਲੇ ਕਹਿਣ ਆਹ ਦੇਖੋ ਜੀ ਕਿੰਨਾ ਸੋਹਣਾ ਸਜਾਇਆ ਹੋਇਆ ਐਂਟਰੀ ਤੇ ਹੀ ਪੂਰੇ ਸੈਂਟਾ ਕਲੌਜ਼ ਨੂੰ ਫੋਟੋ ਖਿੱਚਾ ਤੇਰੀ। ਸੈਂਟਾ ਕਲੌਜ਼ ਹੁੰਦਾ ਹੁਣ ਤਾਂ ਹੈ ਨੀ, ਹੈ ਫੋਟੋ ਵੀ ਖਿੱਚੀ ਮੂਹਰੇ ਮੇਰੀ ਥੋੜੀ ਜਿਹੀ ਰਿਕੁਐਸਟ ਹੈ ਜੀ ਵੀ ਜਦੋਂ ਹੈ ਨਾ ਮੈਨੂੰ ਲੱਗਦਾ ਆਪਣੇ ਵਰਗੇ ਲੋਕ ਜਿੱਥੇ ਸ਼ੋਪਿੰਗ ਕਰਦੇ ਉਹਨਾਂ ਸਟੋਰਾਂ ਚ ਆਉਂਦਾ ਸਸਤਾ ਹੁੰਦਾ ਸਮਾਨ। ਹਣੀ ਤੈਨੂੰ ਪਤਾ ਹੁੱਡੀ ਕਾਹਤੇ ਬਣੀ ਸੀਗੀ? ਹੁੱਡੀ ਕਾਹਤੇ ਬਣੀ ਸੀ ਪਤਾ ਤੈਨੂੰ? ਹੁੱਡੀ ਬਣੀ ਸੀ ਆਪਣੇ ਤਾਂ ਘੁੰਡ ਕੱਢਣ ਦਾ ਰਿਵਾਜ ਆ, ਕੋਰੀਆਂ ਘੁੰਡ ਨੀ ਕੱਢਦੀਆਂ ਜਿਹੜੀਆਂ ਹੁਣੇ ਦੇਖੀ ਲੈ। ਅੱਜ ਮੈਂ ਸੋਚ ਹੀ ਰਹੀ ਸੀ ਵੀ ਪੱਕਾ ਇਹ ਹਜੇ ਕੋਈ ਮਤਲਬ ਅੱਜ ਤੇ ਬਣ ਗਈ ਤੂੰ, ਮੈਂ ਸਿਰ ਤਾਂ ਢੱਕ ਦੋ ਉਹਦਾ। ਆ ਜਿਹੜੀ ਪਿੱਛੇ ਆ ਹਾਂ, ਐ ਨੀ ਮੈਂ ਨਹੀਂ ਕਹਿੰਦੀ, ਇਹ ਮੂਰਤੀ ਜੀ ਆ ਜਿਹੜੀ, ਤੇ ਮੈਂ ਵੀ ਇਹਦਾ ਦਾ ਫੈਸ਼ਨ ਕਰਨਾ ਨਾ ਤਲੇ ਜੀ ਬਨੈਣ ਪਈ ਆ, ਬੜਾ ਅਜੀਬ ਲੱਗੂ ਹਨਾ, ਇੱਕ ਬਾਹ ਜੀ ਕੱਢ ਕੇ ਹੈ ਨੀ। ਹਾਂ ਨਾ ਜੀ, ਬਸ ਸਾਰੇ ਫਿਰ ਪੱਕਾ ਹੀ ਮੇਰੇ ਕਹਿੰਦੀ ਦੇਖਣਗੇ। ਆਹ ਵਾਲੀ ਸ਼ਰਟ ਨੂੰ ਪਸੰਦ ਆਈਆਂ ਨੇ ਦੋ, ਇਹ ਹੈਗੀਆਂ ਨੇ ਜਿਵੇਂ
94.99 ਦੀ ਹੁਣ ਲੱਗੀ ਹੋਈ ਆ ਇਹ 17.49 ਦੀ 50% ਆਫ ਇੱਕ ਕਾ ਸਟੋਰ ਆ ਜੀ ਇਹ ਵੀ ਕਾਫੀ ਸਸਤਾ ਵਾ ਮਤਲਬ ਕੁੜੀਆਂ ਉਹ ਬਹੁਤ ਸਮਾਨ ਲੈਂਦੀਆਂ ਨੇ ਆਰਡੀਨ ਬਹੁਤ ਸਸਤਾ ਸਮਾਨ ਹੁੰਦਾ ਔਰ ਇਹ ਵੀ ਅਪ ਟੂ 50% ਆਫ ਲੱਗਿਆ ਹੋਇਆ ਪਰ ਇਹਨਾਂ ਦਾ ਮੈਨੂੰ ਸਮਾਨ ਬਹੁਤ ਕਿਊਟ ਲੱਗਦਾ ਨਾ ਕਿ ਵਰਾਇਟੀ ਬਹੁਤ ਹੀ ਪਈ ਹੁੰਦੀ ਹੈ ਬਹੁਤ ਪਿਆਰਾ ਪਿਆਰਾ ਸਮਾਨ ਜੇ ਤੁਹਾਡੀ ਅੱਖਾਂ ਨੂੰ ਪਸੰਦ ਆਜੂਗਾ ਆਹ ਦੇਖੋ ਆਹ ਸਾਰੇ ਕਿਤੇ ਅੱਜ ਕੱਲ੍ਹ ਕ੍ਰਿਸਮਸ ਵਾਲੇ ਬਹੁਤ ਸਮਾਨ ਲੱਗਿਆ ਹੋਇਆ ਵਾ ਹਾਂ ਬਹੁਤ ਨੇ ਬਹੁਤ ਕੱਪੜੇ ਆਉਂਦੇ ਇਹਦੇ ਹਾਂ ਮੈਨੂੰ ਕਾਫੀ ਸੋਹਣੀ ਲੱਗੀ ਥੋੜੀ ਮਹਿੰਗੀ ਲੱਗੀ ਆ ਜਿੰਨੀ ਮੈਂ ਸੋਚ ਰਿਹਾ ਪਰ ਬਹੁਤ ਪਿਆਰਾ ਕਲਰ ਆ ਅੱਗੇ ਅਸੀਂ ਕਹਿੰਦੇ ਹੁੰਦੇ ਸੀ ਸ਼ੀਸ਼ਾ ਨਾ ਟੁੱਟ ਜੇ ਇੰਨਾ ਹੁਸਨ ਦੇਖ ਕੇ ਪੜ੍ਹਨ ਦਾ ਗੱਡੀ ਰਹੀ ਨਾ ਉਹ ਗੱਲਾਂ ਰਹੀਆਂ ਮੇਰੀ ਚੋਇਸ ਉਹ ਪਈ ਆ ਮੈਨੂੰ ਉਹ ਪਸੰਦ ਆਈ ਆ ਦੋਨੇ ਸੇਮ ਪ੍ਰਾਈਸ ਦੀਆਂ ਨੇ 48-48 ਡਾਲਰ ਦੀਆਂ ਨੇ ਤੇ ਇੱਕ ਸ਼ਰਟ ਨੂੰ ਆਹ ਪਸੰਦ ਆਈ ਆ ਪਰ ਪਤਾ ਚੱਕਰ ਕੀ ਆ ਹੁਣ ਇਹ ਉਰੇ 20-30 ਡਾਲਰ ਦੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਆਪਣੇ ਪਾਈਆਂ ਹੋਈਆਂ ਜਮਾਂ ਇਹੋ ਜਿਹੀਆਂ ਸੇਮ ਹੀ ਨੇ ਹਨਾ ਇਹ ਆਪਾਂ 10 ਡਾਲਰ ਦੀਆਂ ਲਈਆਂ ਨੇ ਲਿਕੁਇਡੇਸ਼ਨ ਸੇਮ ਤਾਂ ਫਰਕ ਕੀ ਆ ਕੋਈ ਫਰਕ ਨਹੀਂ ਹੈਗਾ ਆਹਾ ਤੇ ਆਹ ਤਾਂ ਜਮੀ ਆਲਮੋਸਟ ਸੇਮ ਨੇ ਕਿੰਨੀ ਰੌਣਕ ਲੱਗੀ ਹੋਈ ਆ ਸਟੋਰ ਤੇ ਲੋਕੇਸ਼ਨ ਦਾ ਕਿੰਨਾ ਫਰਕ ਹੁੰਦਾ ਆਹ ਸਟੋਰ ਜਿਹੜਾ ਹੈਗਾ ਨਾ ਪਹਿਲਾਂ ਚੱਲਦਾ ਹੋਣਾ ਹੁਣ ਉਰੇ ਨਾ ਕੋਈ ਨਹੀਂ ਹੈਗਾ ਨਾ ਆਪਣੇ ਹੁਣ ਆਪਣੇ ਲੋਕ ਡਰੈਸਾਂ ਡਰੁੱਸਾਂ ਘੱਟ ਪਾਉਂਦੇ ਇਹੋ ਜਿਹੀਆਂ ਹੁਣ ਤਾਂ ਸਟੋਰਾਂ 'ਚ ਕਾਫੀ ਲੋਕ ਆਏ ਹੋਏ ਨੇ ਰਾਜਧਾਨੀ ਖਾਣ ਪੀਣ ਚਲੋ ਚਲੋ ਚੱਲੀਏ ਹਾਲੇ ਤੱਕ ਅਸੀਂ ਇੱਕੇ ਚੀਜ਼ ਦੀ ਸ਼ੋਪਿੰਗ ਕੀਤੀ ਆ ਉਹ ਹੈਗੀ ਅਸੀਂ ਉਹ ਰਾਜਧਾਨੀ ਉਰੇ ਖੁੱਲ੍ਹੇ ਮੈਨੂੰ ਤਾਂ ਪਤਾ ਨਹੀਂ ਸੀਗਾ ਅਤੇ ਉੱਥੋਂ ਅਸੀਂ ਇੱਕ ਦਹੀਂ ਭੱਲਾ ਔਡਰ ਕਰਤਾ ਅਤੇ ਇੱਕ ਚਾਟ ਪਾਪੜੀ ਅਤੇ ਇੱਕ ਵਾਟਰ ਬੋਟਲ ਮੈਂ ਸ਼ਰ ਨੂੰ ਕਹਾਂਗਾ ਆਪਣੀ ਗੱਡੀ 'ਚ ਪੁਰਾਣਾ ਪਾਣੀ ਪਿਆ ਵਾ ਵੀ ਉਹ ਲੈ ਆਉਣ ਕਹਿੰਦੀ ਨਾ ਜੀ ਮੈਂ ਤਾਂ ਨਿਆ ਪਾਣੀ ਉਹ ਪੀਣਾ ਕਹਿੰਦੀ ਨਵਾਂ ਹੀ ਪੀਣਾ ਕਹਿੰਦੀ ਵਧੀਆ ਸਵਾਦ ਹੈ ਤੁਹਾਨੂੰ ਜੀ ਮੈਂ ਇੱਕ ਕੁਐਸਚਨ ਪੁੱਛਦੀ ਆ ਤੁਹਾਨੂੰ ਦਹੀਂ ਭੱਲਾ ਵੱਧ ਪਸੰਦ ਆ ਕਿ ਚਾਟ ਪਾਪੜੀ ਮੈਂ ਚਾਟ ਪਾਪੜੀ ਐਵੇਂ ਕਹਿੰਦਾ ਯਾਰ ਬਹੁਤ ਘੱਟ ਖਾਦੀ ਆ ਮੇਰਾ ਦਹੀਂ ਭੱਲਾ ਵੱਧ ਸਵਾਦ ਆ ਉਹ ਸੇਮ ਹੀ ਚੀਜ਼ ਆ ਜੀ ਤਾਂ ਨਹੀਂ ਪੁੱਛ ਰਹੇ ਵੀ ਮੇਰੀ ਵਾਲੀ ਚਾਟ ਪਾਪੜੀ ਤੇ ਚਾਟ ਪਾਪੜੀ ਖਾਦੀ ਆ ਮੈਨੂੰ ਕੱਲੀ ਬਾੜੀ ਜੀ ਥੋੜੀ ਜੀ ਦੋ ਕ ਦੇ ਦਿਓ ਕ੍ਰੰਚੀ ਜਿਹਾ ਟੇਸਟ ਆਊਗਾ ਖਾ ਲਿਓ ਕੋਈ ਚੱਕਰ ਮੈਂ ਤੁਹਾਨੂੰ ਇੱਕ ਭੱਲਾ ਦੇ ਦੂੰ ਇਧਰੋਂ ਜਸਵਿੰਦਰ ਭੱਲਾ ਹਾਂਜੀ ਜਿਹੜਾ ਰਾਜਧਾਨੀ ਵਾਲਾ ਦਾ ਸਟਾਫ ਸੀਗਾ ਆਪਾਂ ਨੂੰ ਪਿੱਛੇ ਮਿਲ ਰਿਹਾ ਉਹ ਸਾਰੇ ਜਾਣਦੇ ਸੀ ਹਨ ਹਾਂਜੀ ਉਹ ਵਿਚਾਰੀ ਕੁੜੀ ਮੈਨੂੰ ਹਾਏ ਕਰਕੇ ਗਈ ਚਾਹੇ ਤੁਹਾਡਾ ਫੂਡ ਮਾੜਾ ਹੋਵੇ ਚਾਹੇ ਵਧੀਆ ਸੀ ਉਹ ਵਧੀਆ ਹੀ ਕਹਾਂਗੇ ਤੁਸੀਂ ਤਾਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਇਹ ਵੀ ਉਰੇ ਸਾਰੇ ਮੈਂ ਕਹਿੰਦਾ 90% ਪੰਜਾਬ ਫਿਰਦਾ ਨਾ ਸਾਡੇ 80% ਉਹਦੇ ਪਿੱਛੇ ਬਾਬੇ ਚਿੱਲ ਕਰਦੇ ਹਾਂਜੀ ਜਦੋਂ ਆਪਾਂ ਐਂਟਰੀ ਮਾਰੀ ਸੀ ਉਦੋਂ ਵੀ ਬਹੁਤ ਬਾਬੇ ਬੈਠੇ ਸੀਗੇ ਜਦੋਂ ਮਰਜ਼ੀ ਆ ਜਾਓ ਉਹ ਇਹਨਾਂ ਨੇ ਇੱਕ ਕਾਲਿਆਂ ਦੀ ਕੁੜੀ ਕੰਮ ਕਰਦੀ ਹੁੰਦੀ ਸੀ ਉਹ ਕਹਿੰਦੀ ਸੀ ਕਹਿੰਦੀ ਮਨਿੰਦਰ ਆਵਣ ਆਸਕ ਦਿਸ ਵਨ ਕੁਐਸਚਨ ਮੈਂ ਕਿਹਾ ਕੀ ਕਹਿੰਦੀ ਵੀ ਕਿਤੇ ਵੀ ਮੈਂ ਪਾਰਕ 'ਚ ਜਾਵਾਂ ਉੱਥੇ ਇੱਕ ਰੈਂਡਮ ਇੰਡੀਅਨ ਅੰਕਲ ਕਾਹਤੇ ਬੈਠਾ ਹੁੰਦਾ ਮੈਂ ਜਿਹੜੇ ਮਰਜ਼ੀ ਟਾਈਮ ਜਾਵਾਂ ਮੈਂ ਕਿਹਾ ਤੈਨੂੰ ਮੈਂ ਕੀ ਦੱਸਾਂ ਕਦੀ ਕਦੇ ਪਾਰਕ ਖਾਲੀ ਨਹੀਂ ਹੁੰਦਾ ਕਹਿੰਦਾ ਕੋਈ ਨਾ ਕੋਈ ਤੁਹਾਡਾ ਕਹਿੰਦੀ ਬਜ਼ੁਰਗ ਬੈਠਾ ਹੀ ਹੁੰਦਾ ਹਾਂਜੀ ਬਾਬੇ ਉਰੇ ਹਮੇਸ਼ਾ ਹੀ ਹੁੰਦੇ ਜਦੋਂ ਮਰਜ਼ੀ ਆ ਜਾਓ ਪੱਕੇ ਹੀ ਹੁੰਦੇ ਹੁਣ ਫਿਰ ਬਾਬੇ ਕਰਨ ਹੁੰਦੇ ਵੀ ਬੈਠੇ ਹੀ ਆ ਤਾਂ ਕਰਨਾ ਹੀ ਆ ਗੱਲਾਂ ਬਾਤਾਂ ਕਰ ਲੈਂਦੇ ਆ ਮਨ ਦਾ ਸਾਥੀ ਆ ਇੱਕ ਤਰੀਕੇ ਦੀ ਮਨ ਦਾ ਭਾਰ ਹੌਲੀ ਹੋ ਜਾਂਦਾ ਵਾ ਹਾਂਜੀ ਰੌਣਕ ਦੇਖ ਲੈਂਦੇ ਨਾਲੇ ਦੁਆਲੇ ਆਈ ਨਹੀਂ ਪਤਾ ਆਫਟਰ 30-40 ਇਅਰਸ ਆਪਾਂ ਵੀ ਰਿਵੇਟੇ ਕਰੀਏ ਹਾਂਜੀ ਨਹੀਂ ਆਪਾਂ ਤਾਂ ਪੰਜਾਬ ਚਲੇ ਜਾਣਾ ਯਾਰ ਮੈਂ ਪੰਜਾਬ ਚਲੇ ਜਾਣਾ ਨਹੀਂ ਤੁਹਾਡਾ ਤਾਂ ਜਾਣੂ ਮੈਂ ਵੀ ਚਲੇ ਜਾਣਾ ਜੀ ਚਲੀ ਜਾਣਾ ਕਿਤੇ ਨਾ ਕਿਤੇ ਤਾਂ ਜਾਊਂ ਮੈਂ ਇੱਧਰ ਮੈਂ ਤਾਂ ਬੈਠੇ ਇੱਧਰ ਲਾਈਟ ਸੋਹਣੀ ਆਉਂਦੀ ਹੈ ਵਧੀਆ ਲੱਗ ਰਿਹਾ ਨਹੀਂ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਹੋ
ਆ ਗੁਲਾਬ ਦਾ ਫੁੱਲ ਲਾ ਕੇ ਤਾਂ ਤੁਸੀਂ ਬਸ ਚਾਚਾ ਨੇ ਮੰਨ ਲਿਆ, ਮਤਲਬ ਸਿਰੇ ਹੀ ਕਰਾਇਆ ਪਿਆ ਮੇਰੀ ਤਾਂ। ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਮੈਂ ਤਾਇਆ ਨਹੀਂ ਮੈਂ ਚਾਚਾ। 10 ਚੋਂ 10 ਨੇ ਤੁਹਾਡੀ ਬਿਊਟੀ। ਥੈਂਕ ਯੂ। ਹਾਂ ਮੈਂ ਆਪਣੀ ਨਜ਼ਰ ਨਹੀਂ ਹਟਾ ਪਾ ਰਹੀ। ਤੁਸੀਂ ਜਿਹੜਾ ਬਿਊਟੀ ਕਹਦਾ ਮੈਨੂੰ ਲੱਗਾ ਤੁਸੀਂ ਡਬਲ ਓ ਨਹੀਂ ਪਾਤੀ। ਡਰਟੀ ਗਾਏ ਨੌਟੀ ਗਾਏ ਹੋ ਜੀ ਤੁਸੀਂ ਤਾਂ। ਮੈਨੂੰ ਆਏ ਨਹੀਂ ਪਤਾ ਲੱਗਦਾ ਜੋ ਦਹੀਂ ਭੱਲਾ ਕਿਹੜਾ ਤੇ ਚਾਟ ਪਾਪੜੀ ਕਿਹੜੀ ਇੱਕੋ ਜਿਹੇ ਨਹੀਂ ਲੱਗਦੇ ਸਨ। ਹਾਂ ਅੱਜ ਉਹਨਾਂ ਨੇ ਮਿਕਸ ਕਰਤਾ ਜੀ, ਜਾਂ ਮੇਰੇ ਦਹੀਂ ਭੱਲੇ ਦੇ ਉੱਤੇ ਥੋੜੀ ਜਿਹੀ ਪਾਪੜੀ ਪਾਤੀ ਉਹਨਾਂ ਨੇ। ਹੁਣ ਮੈਨੂੰ ਤੁਹਾਡੀ ਚਾਹੀਦੀ ਨਹੀਂ ਜੀ। ਹੈ ਚਲੋ ਠੀਕ ਆ, ਥੈਂਕ ਯੂ। ਆ ਦੇਖੋ ਕਿੰਨੀਆਂ ਗੱਲਾਂ ਇਹ ਜੀ ਹੁੰਦੀਆਂ ਜਿਹੜੀ ਮੈਂ ਵਲੌਗ 'ਚ ਨਹੀਂ ਪਾ ਸਕਦਾ। ਇੰਨਾ ਹਾਸਾ ਕਢਾਇਆ ਮੈਂ ਤਾਂ ਉਹਨੇ ਰੋਈ ਜਾਂਦੀ ਆ। ਤੁਸੀਂ H&M ਤੇ ਸੇਲ ਲੱਗੀ ਆ, ਮੈਂਬਰਸ ਲਈ 25% ਆਫ। ਪੰਚਾਇਤ ਮੈਂਬਰ ਲਈ ਆ? ਮੈਂ ਆ ਜੀ ਮੈਂਬਰ। ਤੁਸੀਂ ਹੁਣ ਨਹੀਂ ਰਹੇ ਨਾ, ਹੁਣ ਤਾਂ ਸਰਪੰਚ ਚੇਂਜ ਹੋ ਗਿਆ, ਉਹ ਨਹੀਂ ਤੁਸੀਂ ਮੈਂਬਰ ਹੈਗੇ। ਨਹੀਂ ਮੈਂ ਹੈਗੀ ਆ ਜੀ। ਚਲੋ 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 ਚਲੋ, ਐਤਕੀ ਹੁਣ ਤੁਸੀਂ ਨਹੀਂ ਪੜਾਈ ਸੀ ਜੀ ਆਪਾਂ ਨੇ ਜ਼ਿਆਦਾ ਜੀ। ਪਤਾ ਮੈਂ ਗੇੜੇ ਕੱਢਣ ਦਾ ਹੀ ਚਸਕਾ ਹੁੰਦਾ, ਸ਼ੋਪਿੰਗ ਕਰਨ ਦਾ ਘੱਟ ਨਜ਼ਾਰਾ ਆਉਂਦਾ, ਗੇੜੀ ਮਾਰਨ ਦਾ ਵੱਧ ਨਜ਼ਾਰਾ ਆਉਂਦਾ। ਬਈ ਕੱਪੜੇ ਉਰੇ ਬਹੁਤ ਸੋਹਣੇ ਸੋਹਣੇ ਪਏ ਨੇ, ਪਰ ਕੋਈ ਵਾਰੀ ਆਫ, ਇਹਤੇ ਆਫ ਤਾਂ ਨਹੀਂ ਹੈਗੀ। ਆਹ ਸ਼ਰਨ ਨੇ ਮੇਰੇ ਵਾਸਤੇ 3 ਟੀ-ਸ਼ਰਟਸ ਸਿਲੈਕਟ ਕੀਤੀਆਂ ਨੇ, ਵੈਸੇ ਰੰਗ ਮੇਰੇ ਸਿਲੈਕਟ ਕੀਤੇ ਨੇ। ਦਿਸ ਇਜ਼ ਲਾਈਕ ਆਰਗੈਨਿਕ ਕਾਟਨ। ਉਹ ਤਾਂ ਚਲ ਉਈਓ ਕਹਿ ਦਿੰਦੇ ਆ ਇਹ। ਨਹੀਂ ਨਹੀਂ ਹੱਥ ਲਾਏ ਤੋਂ ਪਤਾ ਲੱਗਦਾ ਜੀ। ਪਰ ਆਹ ਦੇਖੋ ਸੋਹਣੀਆਂ ਲੱਗ ਰਹੀਆਂ ਨੇ, ਵਾਲੀਆਂ ਸੋਹਣੀਆਂ ਨੇ। ਆਹ 3 ਰੰਗ ਨੇ। ਇਹ ਮੈਂ ਸਿਲੈਕਟ ਕੀਤਾ, ਆਹ ਕਲਰ ਮੈਨੇ ਇਹਦਾ ਲੈਣੇ ਸੀਗਾ। ਅਗਲੇ ਸਾਲ ਕਾਲਜ ਬੰਦ ਹੋ ਜਾਣਾ ਵਾ, ਉਹੀ ਲਾਸਟ ਨੇ ਜਿਹਨਾਂ ਨੂੰ ਵਰਕ ਪਰਮਿਟ ਮਿਲਣਾ। ਆ ਚੈੱਕ ਕਰੋ ਪਿਆਰਾ ਰੰਗ ਆ, ਸੋਹਣਾ ਰੰਗ ਉੱਠ ਰਿਹਾ। ਆ ਦੂਜਾ ਰੰਗ ਆ, ਚੈੱਕ ਕਰੋ, ਇਹ 14 ਦੀ ਆ ਤੇ ਆਹ ਵਾਲੀ ਹੈ 7-8 ਦੀ ਆ, ਅੱਧਾ ਅੱਧਾ ਫਰਕ ਆ, ਬਸ ਇਹਨਾਂ ਦੀ ਫਿਟਿੰਗ ਅਤੇ ਸ਼ੇਪ ਜੀ ਦਾ ਫਰਕ ਆ। ਅਤੇ ਇਹ ਹੈਗਾ ਆਪਣਾ ਲਾਸਟ ਕਲਰ, ਪਿਆਰਾ ਕਲਰ ਆ, 4 ਵਰਗਾ ਸੋਹਣਾ ਲੱਗ ਰਿਹਾ। ਇੱਕ ਆਹ ਰੰਗ ਆਪਾਂ ਨੂੰ ਪਸੰਦ ਆਇਆ, ਪੂਰੀਆਂ ਬਾਹਾਂ ਦਾ ਸ਼ੇਪ, ਥੋੜ੍ਹਾ ਵੱਡਾ ਹੈ, ਥੋੜ੍ਹਾ ਵੱਡਾ, ਪਰ ਸੱਚੇ ਇੱਕ ਮੈਂ ਬਾਏ ਕਰ ਹੀ ਲੈਣਾ। ਆਹ ਸਾਰੇ ਸੋਹਣੇ ਲੱਗੇ, ਪਰ ਇਹ ਸਾਰੇ ਉੱਚੇ ਜਿਹੇ ਟਾਈਪ ਵਾਲੇ ਤਰੀਕੇ ਨਾਲ ਬਣਾਏ ਹੋਏ ਨੇ। ਇਹ ਕਿਹੜਾ ਸਟੋਰ ਆ? ਅਰਬਨ ਪਲੈਨਟ। ਇਹ ਵੀ ਬਹੁਤ ਵਧੀਆ ਤੇ ਸਸਤਾ ਸਟੋਰ ਆ, ਤੇ ਉਰੇ ਵੈਰਾਈਟੀ ਵੀ ਕਾਫੀ ਜ਼ਿਆਦਾ ਮਿਲ ਜਾਂਦੀ ਆ, ਬਹੁਤ ਸੋਹਣੇ ਸੋਹਣੇ ਕੱਪੜੇ ਆ ਇਹਨਾਂ ਦੇ ਵੀ। ਅੱਜ ਕੱਲ ਤਾਂ ਉਹਨਾਂ ਦਾ ਟਾਈਮ ਆ ਜਿਹੜੇ ਆ ਕ੍ਰੋਪ ਟਾਪ ਜੇ ਪਾਉਂਦੀਆਂ, ਬਹੁਤ ਹੀ ਜ਼ਿਆਦਾ ਕਲੈਕਸ਼ਨ ਆ ਇਹਨਾਂ ਦੀ, ਮਤਲਬ ਬਹੁਤ ਸੋਹਣੇ ਲੱਗਦੇ ਆ। ਆਹ ਵੀ ਸਾਰੇ ਉਹੀ ਨੇ, ਆਹ ਵੀ ਸੋਹਣਾ ਆ, ਦੋਨੇ ਸੋਹਣੇ ਆ। ਚਲੋ ਜਿਵੇਂ ਤੁਹਾਨੂੰ ਸਹੀ ਲੱਗਦਾ। ਅਸੀਂ ਸਿਰਫ ਦੇਖਣ ਆਏ ਸੀ ਵੀ ਕਿੰਨੇ ਕੁ ਲੋਕ ਸ਼ੋਪਿੰਗ ਕਰ ਰਹੇ ਨੇ, ਅਤੇ ਅਸੀਂ ਬਜਟ ਰੱਖਿਆ ਸੀ ਵੀ ਜੇ ਆਪਾਂ ਵੀ ਕੁਛ ਲਿਆ $100 ਤੋਂ ਵੱਧ ਨਹੀਂ ਕਰਨਾ, ਵੀ $20 ਵਾਲੀਆਂ ਚੀਜ਼ਾਂ ਲੈਣਾਗੇ, ਪਰ ਸਾਰੀਆਂ $20 ਵਾਲੀਆਂ ਕਰਦੇ, ਕਹਿੰਦਾ 200 ਟੱਪ ਚੁੱਕਿਆ ਸਾਡਾ, ਇੱਧਰ 150 ਲੱਗਿਆ, ਇੱਧਰ ਆਲਮੋਸਟ 50 ਲੱਗੇ ਨੇ, 200 ਟੱਪ ਗਿਆ। ਚਲੋ ਹੁਣ ਹਾਲੇ ਹੋਰ ਅਸੀਂ ਹਾਲੇ ਅੰਗਦ ਵਾਸਤੇ ਥੋੜ੍ਹੇ ਜਿਹੇ ਕੱਪੜੇ ਦੇਖ ਕੇ ਜਾਣੇ ਆ, ਆ ਜਾਓ ਦੇਖਦੇ ਹਾਂ। ਲਓ ਜੀ ਹੁਣ ਆਪਾਂ ਅਰਬਨ ਕਿਡਸ, ਮੈਂ ਪਹਿਲੀ ਵਾਰੀ ਇਹ ਸਟੋਰ ਦੇ ਅੰਦਰ ਐਂਟਰੀ ਕਰ ਰਹੇ ਹਾਂ, ਨਾਲ ਹੀ ਇਹਦੇ ਕਾਟਰ ਅਸੀਂ ਜਾਂਦੇ ਨਹੀਂ, ਸਾਨੂੰ ਇੱਕ ਤਾਂ ਉਹ ਮਹਿੰਗਾ ਬਹੁਤ ਲੱਗਦਾ ਅਤੇ ਉੱਤੋਂ ਜੀ ਕੱਪੜੇ ਵੀ ਸੋਹਣੇ ਨਹੀਂ ਹੁੰਦੇ, ਜਸਟੀਫਾਈ ਨਹੀਂ ਕਰਦਾ ਉਹੀ, ਤਾਂ ਹੀ ਅੰਗਦ ਵਾਸਤੇ ਅਸੀਂ 2-3 ਚੀਜ਼ਾਂ ਲੈ ਲਈਆਂ, ਔਰ ਆਵਾਸਟੀ ਜੈਕਟ ਜਿਹੀ ਯਾਰ, ਉਰੇ ਵੀ ਵੈਸੇ ਮੁੰਡਿਆਂ ਨਾਲ ਧੱਕਾ, ਉਹ ਪਹਿਲਾਂ ਉਹ ਸਟੋਰ 'ਤੇ ਵੀ ਅਰਬਨ ਪਲੈਨਟ 'ਤੇ, ਉਰੇ ਵੀ ਯਾਰ ਕੁੜੀਆਂ ਵਾਲੇ ਕੱਪੜੇ ਜ਼ਿਆਦਾ ਪਏ ਨੇ, ਮੁੰਡਿਆਂ ਵਾਲੇ ਬਹੁਤ ਘੱਟ ਪਏ ਨੇ। ਕਿਸੇ ਵੀ ਸਟੋਰ 'ਤੇ ਜਾਓਗੇ ਮੁੰਡੇ ਦੇ ਕੱਪੜੇ, ਗਲਤ ਗੱਲ ਆ ਯਾਰ, ਕੁੜੀਆਂ ਦਾ ਸੈਕਸ਼ਨ ਕਿੰਨਾ ਜ਼ਿਆਦਾ ਵੱਡਾ ਹੁੰਦਾ। ਇੱਕ ਆਹ ਸਮਾਨ ਹੀ ਰੱਖ ਦਿੰਦੇ ਆ,
ਜਦੋਂ ਬਿੱਲ ਕਰਾਉਣਾ ਹੁੰਦਾ ਵੀ ਚੱਕ ਲਵੇ ਕੋਈ ਨਾ ਕੋਈ ਘੈਂਟ ਘੈਂਟ ਜਾਂ ਸਸਤਾ ਸਸਤਾ। ਛੋਟੀਆਂ ਬੱਚੀਆਂ ਨੇ ਚੱਕ ਰਹੀਆਂ ਨੇ ਜਿਹੜੀਆਂ 10 12 ਸਾਲ ਦੀਆਂ ਨੇ, ਮੈਂ ਮੌਮ ਵੀ ਬਣ ਗਈ, ਮੇਰਾ ਵੀ ਹਜੇ ਦਿਲ ਉਹ ਫੀਲਿੰਗ ਉੱਠੇ ਆਉਂਦੀ ਹੈ ਵੀ ਆਹ ਕਿੰਨਾ ਸੋਹਣਾ, ਆਹ ਕਿੰਨਾ ਸੋਹਣਾ। ਲੈ ਲਓ ਨਹੀਂ ਲੈ ਲਾ ਨਹੀਂ ਨਹੀਂ ਐਮ ਮੌਮ ਨਾਓ। ਬਹੁਤ ਟਾਈਮ ਲੱਗ ਗਿਆ ਜੀ, ਅੱਜ ਤੁਹਾਨੂੰ ਕੁਇਕਲੀ ਹੁਣ ਕੱਪੜੇ ਦਿਖਾ ਦਈਏ ਕਿਹੜੇ ਕਿਹੜੇ ਲੈਣੇ ਹਨਾ, ਘਰੇ ਜਾ ਕੇ ਗੱਡੀ ਚ ਵੀ ਦਿਖਾ ਸਕਦੇ ਆ। ਹੁਣ ਆਪਾਂ ਤੁਹਾਨੂੰ ਕੁਇਕਲੀ ਦਿਖਾ ਦਿੰਦੇ ਆ ਵੀ ਜੇ ਤੁਸੀਂ ਸ਼ਾਪਿੰਗ ਨਹੀਂ ਵੀ ਕਰਨੀ ਫਿਰ ਵੀ ਕਰਨ ਚਲੀ ਜਾਂਦੇ ਹੋ ਤੁਸੀਂ ਕੀ ਲੈ ਕੇ ਆਉਂਦੇ ਹੋ, ਅਸੀਂ ਵੀ ਏਦਾਂ ਹੀ ਦਿਖਾਈਏ ਜੀ ਇਹਦੇ ਵਿੱਚ। ਆ ਲਓ ਜੀ, ਸ਼ੇਰੀ ਦਿਖਾਉਣਾ ਆਪਾਂ। ਅੰਗਦ ਵਾਸਤੇ ਇੱਕ ਸ਼ਰਟ ਚੱਕ ਲਈ, ਸਿਰਫ $5 ਦੀ ਲੱਗੀ ਹੋਈ ਸੀਗੀ, ਪਰ ਹਾਂ ਇਹਨਾਂ ਦਾ ਦੋਨਾਂ ਦਾ ਕੱਪੜਾ ਬਹੁਤ ਸੋਹਣਾ ਕਾਟਨ ਦਾ, ਇਹਨਾਂ ਸੌਫਟ ਸੌਫਟ। ਮੈਂ ਕਿਹਾ ਚੱਲ ਰਾਤ ਨੂੰ ਪਾ ਲੈ, ਮੇਰੀ ਫੋਟੋ ਬਣੀ ਹੋਈ ਆ, ਬਾਕੀ ਤੁਸੀਂ ਆਪ ਗੈਸ ਲਾ ਲਓ ਵੀ ਸ਼ਰਨ ਕੌਣ ਆ। ਮੈਂ ਦੱਸਦੀ ਆ, ਦਿਸ ਇਜ਼ ਮਨਿੰਦਰ ਜੀ, ਦਿਸ ਇਜ਼ ਸ਼ਰਨ। ਆਪਣਾ ਪਿਗਲੇਟ ਕਿੱਥੇ ਆ ਅੰਗਦ? ਇਸ ਤੋਂ ਬਾਅਦ ਨੈਕਸਟ ਹੈਗੀ ਆ ਜੀ, ਆ ਮੈਂ ਇਹਨਾਂ ਲਈ ਚੂਜ਼ ਕੀਤੀ ਆ। ਮੈਂ ਕਿਹਾ ਤੁਸੀਂ ਲਾਓ ਲਾਓ, ਇਹ ਬਹੁਤ ਵਧੀਆ ਡੀਲ ਆ ਗਈ। ਤਾਂ ਫੋਨ ਆਈ ਜਾਂਦਾ ਵਾ, ਚਲੋ ਬਾਅਦ ਚੱਕਾਂਗੇ। ਬਰਾਊਨ ਮੁੰਡੇ, ਸੋਏ ਬਰਾਊਨ ਮੁੰਡੇ, ਇੰਨਾ ਵਧੀਆ ਕੱਪੜਾ ਨਾ ਇਹ। ਇਹ ਹੈਗੀ ਆ ਕਿੰਨੇ ਡਾਲਰ ਦੀ? ਇਹ ਅੱਜ ਸੇਲ ਤੇ $18 ਦੀ ਮਿਲ ਗਈ। ਉਹ ਸੇਲਾ ਸੁਲਾ ਐਂ ਲਾ ਦਿੰਦੇ, ਸਾਨੂੰ ਪਤਾ ਹੀ ਆ ਆ ਵਾਲੇ ਦਿਨਾਂ ਦੇ ਵਿੱਚ ਥੋੜੇ ਜਿਹਾ ਪ੍ਰਾਈਸ ਚੱਕ ਦਿੰਦੇ ਆ। ਨਹੀਂ ਕੱਪੜਾ ਬਹੁਤ ਸੋਹਣਾ ਆ। ਸੋ ਆਪਾਂ ਤਿੰਨ ਸ਼ਰਟਸ ਲਈਆਂ ਨੇ, ਇੱਕ ਹੈਗੀ ਆ ਵਾਲੀ, ਆ ਪਿੰਕ ਜੀ ਮੈਂ ਚੂਜ਼ ਕੀਤੀ, ਪਿੰਕ ਐਂਡ ਪਰਪਲ ਮਿਕਸ ਜੀ ਹੈ ਇਹਦੇ ਵਿੱਚ, ਰਾਈਟ ਕਲਰ ਤੁਹਾਨੂੰ ਦਿਖ ਰਿਹਾ ਹੈਗਾ। ਇਹ ਹੈਗੀਆਂ ਸੀਗੀਆਂ, ਇਹ ਕਿੰਨੇ ਕਿੰਨੇ ਦੀਆਂ ਨੇ? ਇਹ ਹੈਗੀਆਂ ਨੇ ਇੱਕ ਇੱਕ $15 ਦੀ ਆ, ਬਾਕੀ ਆਪਾਂ ਨੂੰ 25% ਮਿਲਦਾ ਤੇ ਆਫ ਸੀ। ਅੱਛਾ ਆਪਾਂ ਗ੍ਰੀਨ ਲਈ ਨਹੀਂ ਨਾ, ਗ੍ਰੀਨ ਦੀ ਥਾਂ ਤੇ ਆਪਾਂ ਉਹ ਲੈ ਲਿਆ ਸਵੈਟਰ। ਹਾਂ ਗ੍ਰੀਨ ਆਪਾਂ ਸ਼ਾਮ ਆ ਸਾਰੇ ਵਿੱਚ ਪਾ ਦਿਓ ਜੀ ਇਹਦੇ। ਹੁਣ ਦੂਜਾ ਲਫਾਫਾ ਕਿੱਥੇ ਆ ਪਿਆ ਜੀ? ਇੱਥੋਂ ਚੱਕ ਚੱਕ ਕੇ ਦਿਖਾਈ ਜਾਓ। ਆ ਪਹਿਲਾ ਹੈਗਾ, ਆ ਮੇਰੀ ਆ, ਮੇਰੀ ਮੈਂ ਪਹਿਲੀ ਵਾਰਸਿਟੀ ਜੈਕਟ ਲਈ ਆ। ਤਾਂ ਅੱਛਾ ਵਾਰਸਿਟੀ ਜੈਕਟ, ਇਹ $30 ਦੀ ਆਈ ਆ। ਵਾਰਸਿਟੀ ਜੈਕਟ ਹੀ ਹੁੰਦੀ ਆ? ਹਾਂ 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 ਹਾਂ, ਵਾਰਸਿਟੀ ਕਹਿ ਰਹੀ ਆ ਮੈਂ। ਹਾਏ ਮੈਨੂੰ ਆ ਇੰਨੀ ਸੋਹਣੀ ਲੱਗੀ ਨਾ, ਇਹ ਮੇਰੀ ਪਸੰਦ ਆ, ਮੈਂ ਇਹਨੂੰ ਸਿਲੈਕਟ ਕਰਵਾਈ ਆ। ਮੈਂ ਵੀ ਤਾਂ ਤੁਹਾਡੀ ਹਾਂ ਜੀ। ਹੋ ਬਸ ਚਲੋ ਕੋਈ ਨਾ, ਰਹਿਣ ਦੇ ਛੇੜਨਾ। ਦਿਸ ਇਜ਼ ਸੋ ਕੂਲ, ਦਿਸ ਲੁਕਸ ਲਾਈਕ ਜਿਵੇਂ ਆਪਾਂ ਕਿਤੇ ਗੇਮ ਤੇ ਪਾ ਕੇ ਜਾਣੀ ਹੋਵੇ। ਇਹ ਮੈਨੂੰ ਬਹੁਤ ਪਿਆਰੀ ਲੱਗੀ, ਇਹ ਵੀ $20 ਦੀ ਆ। ਯਾਰ ਇਹਦੇ ਵਿੱਚ ਦੇਖਣਾ ਕਿੱਥੇ ਆਪਾਂ, ਸਕਰੀਨ ਕੰਨੀ ਦੇਖਣਾ ਜਾਂ ਕੈਮਰੇ ਕੰਨੀ ਦੇਖਦੇ ਆ? ਆਈ ਆਲਵੇਜ਼ ਲੁੱਕ ਇਨ ਦ ਮਿਡਲ। ਆਪਾਂ ਹੁਣ ਕੈਮਰੇ ਕੰਨੀ ਦੇਖਦੇ ਆ ਤੇ ਹਨੇਰਾ ਹੋ ਚੁੱਕਾ ਜਿਵੇਂ ਤੁਸੀਂ ਦੇਖ ਸਕਦੇ ਹੋ। ਤੇ ਆਹ ਇੱਕ ਸ਼ਰਨ ਨੇ ਲੋਅਰ ਜੀ ਲਈ ਆ, ਇਹ ਵੀ $20 ਦੀ ਆ, ਬਹੁਤ ਸੋਹਣੀ ਆ ਗਈ। ਹਾਂਜੀ ਇਟਸ ਨਾਟ ਲੋਅਰ, ਇਟਸ ਜਿਹੜਾ ਵੀ ਕੁਝ ਆ। ਆ ਇੱਕ ਮੈਂ ਲਈ ਆ, ਮੈਂ ਇਦਾਂ ਦੀ ਟੀ-ਸ਼ਰਟ ਜੀ ਲੈਣੀ ਸੀਗੀ, ਉਹ $10 ਦੀ ਸੀ। ਇਹ ਹੈਗੀ ਆ ਉਹ ਹਾਫ ਸਲੀਵ ਹੁੱਡੀ, ਹਾਫ ਸਲੀਵ ਆ, ਫਿਰ ਅਸੀਂ ਉਹ ਲੈ ਲਈ। ਇਹ ਸੀਗੀ ਕਿੰਨੇ ਡਾਲਰ ਦੀ? $20 ਦੀ ਉਹ ਲੱਗੀ ਹੋਈ ਸੀ। ਇਹ ਯਾਰ ਗਲਤ ਗੱਲ ਆ, ਸ਼ਰਟ ਵੀ ਕੈਪ ਇਹਦੇ ਨਾਲ ਹਾਫ ਸਲੀਵ ਨਾਲ। ਹਾਂ ਇੱਕ ਮੈਂ ਆ ਲਿਆ, ਇਹ ਮੈਨੂੰ ਬਹੁਤ, ਇਹ ਬਾਲਾ ਸੋਹਣਾ। ਇਹ ਮੈਨੂੰ ਐਸੇ ਇੱਕ ਸਾਈਜ਼ ਵੱਡਾ ਚਾਹੀਦਾ ਸੀਗਾ, XXL, ਪਰ ਇਹ ਵੀ ਤੁਹਾਡੇ ਵੱਡਾ ਛੋਟਾ ਨਹੀਂ ਹੈਗਾ, ਪੂਰਾ ਪੂਰਾ ਪੂਰਾ, ਪਰ ਇਹ ਸਿਰਫ XL ਆ, ਪਰ ਇਹ ਕੱਪੜਾ ਹੁੰਦਾ ਹੈ XXL ਹੈ ਹੀ, ਢਿਲ ਕੇ ਜਾਂਦਾ ਹੀ ਆ, ਪਰ ਇਹ ਮੈਂ ਲਿਆ ਜੀ ਉੱਪਰ। ਬਹੁਤ ਸੋਹਣਾ, ਮੈਂ ਕਿਹਾ ਤੁਹਾਡੇ ਕੋਲ ਇੱਕ ਅਲੱਗ ਜਿਹਾ ਪੀਸ ਹੋ ਜਾਊਗਾ। ਮੁੱਕ ਗਿਆ? ਮੁੱਕ ਗਿਆ ਜੀ, ਇੱਕ ਮੇਰਾ ਰਹਿ ਗਿਆ ਹੁਣ। ਆ ਜਿਹਦਾ ਇਹ ਮੇਰਾ, ਇਹ ਪੁੱਠਾ ਹੋਇਆ ਹੋਇਆ। ਇਹ ਕਦੋਂ ਲੈ ਲਈ ਜੀ ਤੁਸੀਂ? ਇਹ ਵੀ ਲਈ ਸੀ ਆਪਾਂ ਨੇ, ਤੁਸੀਂ ਮੇਰਾ ਸਮਾਨ ਮੁੱਕ ਗਿਆ, ਤੁਸੀਂ ਚੱਕਿਆ ਸੀ। ਇਹ ਵੀ ਕਾਲੇ ਦੇ ਨਾਲ ਦੀ ਉਹ ਆ ਜੀ, ਪਰ ਇਹਦਾ ਇੱਕ ਸਾਈਜ਼ ਵੱਡਾ ਹੈ ਨਾ, ਇਹ ਐਕਸਟਰਾ ਲਾਰਜ ਲੈ ਲਈ ਮੈਂ, ਇੱਕ ਲਾਰਜ ਲੈ ਲਈ। ਕੁੱਲ ਮਿਲਾ ਕੇ ਆਪਾਂ
ਖਾਧਾ ਪੀਤਾ ਵੀ ਸੀ ਲਾ ਲੋ ਤੁਸੀਂ ਓਹਦੇ ਪੰਦਰਾਂ ਵੀਹ ਡਾਲਰ ਸੀਗੇ ਹੁਣ ਮੈਂ ਕਹਿਣਾ ਨੀ ਵੀ ਕਿੰਨੇ ਟੇਸਟ ਸੀਗੇ ਬਹੁਤ ਸਵਾਦ ਸੀ ਤੇ ਬਾਕੀ ਹੁਣ ਆਪਾਂ ਅੰਦਰ ਸਮਾਨ ਰੱਖਦੇ ਜੀ ਮਿਲਾਂਗੇ ਅਗਲੇ ਵਲੋਗ ਦੇ ਵਿੱਚ ਮੇਨ ਡੀਲਸ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਉਹ ਫੋਨਸ ਵਗੈਰਾ ਤੇ ਫੋਨ ਪਲੈਨਸ ਤੇ ਕਾਫੀ ਡੀਲਸ ਹੁੰਦੀਆਂ ਨੇ ਉਹ ਦੇਖਿਓ ਅਸੀਂ ਉਹ ਚੈੱਕ ਨਹੀਂ ਕੀਤੀ ਹੈਗੀਆਂ ਸਾਡੇ ਹੁਣ ਫੋਨ ਫਾਨ ਫਰੀ ਆ ਮੇਰਾ ਵੀ ਸਿੱਧਾ ਕੈਸ਼ ਹੀ ਲਿਆ ਹੋਇਆ ਵਾ ਪਰ ਪਲੈਨਸ ਵੀ ਬਹੁਤ ਹਾਂ ਪਲੈਨਸ ਵੀ ਬਹੁਤ ਵਧੀਆ ਮਤਲਬ ਇਹਦੇ ਵਾਲਾ ਮੈਂ ਬਾਕੀ ਮਿਲਾਂਗੇ ਜੀ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਲਵ ਯੂ ਟੇਕ ਕੇਅਰ ਤੇ ਬਾਏ ਤੇ ਆ ਬੰਦ ਕਰਦੀ ਆਪਾਂ ਖੋਲਦੇ ਆ ਠੀਕ ਹੈ ਬਾਏ ਬਾਏ ਜੀ ਸਤਿ ਸ੍ਰੀ ਅਕਾਲ ਹੈਪੀ ਬਲੈਕ ਫ੍ਰਾਈਡੇ ਖੁਸ਼ ਰਹੋ ਟੇਕ ਕੇਅਰ ਹੁਣ ਹੋ ਗਿਆ ਬਲੈਕ ਹੁਣ ਬਲੈਕ ਵੀ ਆ ਤੇ ਫਰਾਈਡੇ ਵੀ ਆ ਮਿਲਾਂਗੇ ਤੁਹਾਨੂੰ ਫਿਰ